ਬੀਤੇ ਦਿਨੀ ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ਦੇ ਖਿਲਾਫ 5 ਵੀਡੀਓਜ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਭੇਜਣ ਵਾਲੇ ਗੁਮਨਾਮ ਸ਼ਖਸ ਨੇ ਹੁਣ ਇੱਕ ਹੋਰ ਲਿਫਾਫਾ ਭੇਜਿਆ ਹੈ, ਜਿਸ ਵਿੱਚ ਇੱਕ ਪੱਤਰ ਦੇ ਨਾਲ ਨਾਲ ਪੈਨ ਡਰਾਈਵ ਵੀ ਭੇਜੀ ਗਈ ਹੈ, ਜਿਸ ਵਿੱਚ ਪੁਰਾਣੇ 5 ਵੀਡੀਓਜ਼ ਦਾ ਅਸਲੀ ਰੂਪ ਮੌਜੂਦ ਹੈ। ਇੱਥੇ ਦੱਸ ਦਈਏ ਕਿ ਪਿਛਲੀਆਂ 5 ਵੀਡੀਓਜ਼ ਦਿੱਲੀ ਕਮੇਟੀ ਵੱਲੋਂ ਜਾਰੀ ਕਰਨ ਦੇ ਬਾਅਦ ਟਾਈਟਲਰ ਨੇ GK ਅਤੇ ਹੋਰ ਅਕਾਲੀ ਸਾਂਸਦਾਂ ਨੂੰ ਮਾਨਹਾਨੀ ਦਾ ਨੋਟਿਸ ਭੇਜਦੇ ਹੋਏ ਇਸ ਵੀਡੀਓ ਦੀ ਸੱਚਾਈ ਤੇ ਸਵਾਲ ਚੁੱਕਿਆ ਸੀ ਤੇ ਹੁਣ ਨਵੇਂ ਵੀਡੀਓਜ਼ ਮਿਲਣ ਤੋਂ ਬਾਅਦ GK ਨੇ ਕੰਸਟੀਟਿਊਸ਼ਨ ਕਲੱਬ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਰੀ ਜਾਣਕਾਰੀ ਸਾਂਝੀ ਕੀਤੀ। ਇੱਕ ਪੈਨ ਡਰਾਈਵ ਮੇਰੇ ਕੋਲ ਆਈ ਸੀਗੀ ਜਿਹੜੀ ਮੈਂ ਸਾਰਿਆਂ ਅੱਗੇ ਜਨਤਕ ਕੀਤੀ ਸੀ। ਉਹਦੇ ਬਾਅਦ ਜਗਦੀਸ਼ ਟਾਈਟਲ ਨੇ ਉਸ ਨੂੰ ਫਰੋਡ ਕਿਹਾ ਸੀ, ਫੌਜ ਕਿਹਾ ਸੀ, ਨੋਟਿਸ ਦਿੱਤੇ ਨੇ ਸਾਡੇ MPs ਨੂੰ, ਸਾਡੇ ਮਿਨਿਸਟਰਸ ਨੂੰ, ਮੈਨੂੰ ਨੋਟਿਸ ਦਿੱਤਾ ਕਿ ਮੈਂ ਤੁਹਾਡੇ ਖਿਲਾਫ਼ ਕੇਸ ਪਾਵਾਂਗਾ। ਹਲੇ ਤੱਕ ਕੇਸ ਪਾਇਆ ਨਹੀਂ, ਲੇਕਿਨ ਪਿਛਲਾ ਸ਼ੁੱਕਰਵਾਰ ਜਿਹੜਾ ਨਿਕਲ ਕੇ ਗਿਆ, ਇੱਕ ਹੋਰ ਮੇਰੇ ਕੋਲ ਜਿਹੜੀ ਪੋਸਟ ਦੇ ਥਰੂ ਮੇਰੇ ਕੋਲ ਇੱਕ ਪੈਨ ਡਰਾਈਵ ਆਉਂਦੀ ਹੈ, ਜਿਹੜੀ ਪਹਿਲੀ ਪੈਨ ਡਰਾਈਵ 'ਚ ਚਿਹਰਾ ਛੁਪਿਆ ਸੀ ਉਹ ਸ਼ਖਸ ਦਾ ਚਿਹਰਾ ਉਹਦੇ 'ਚ ਨਜ਼ਰ ਆ ਰਿਹਾ, ਪਲੱਸ ਉਹਦੇ 'ਚ ਨੰਬਰ ਦਿੱਤਾ ਹੋਇਆ ਸੀ, ਉਹਦਾ ਨਾਂ ਦਿੱਤਾ ਸੀ ਰਵਿੰਦਰ ਸਿੰਘ ਚੌਹਾਨ, ਜਿਸ ਨੂੰ ਮੈਂ ਤੁਹਾਡੇ ਸਾਹਮਣੇ ਹੁਣੇ ਸਾਰਾ ਚਲਾ ਕੇ ਦਿਖਾਇਆ, ਆਪਣੇ ਆਫਿਸ ਬੁਲਾਇਆ ਸੀਗਾ। ਰਵਿੰਦਰ ਚੌਹਾਨ ਜੀ ਨੇ ਮੰਨਿਆ ਕਿ ਜਗਦੀਸ਼ ਟਾਈਟਲ ਨੂੰ ਮੈਂ ਬੈਠਾ ਵਾਂ, ਇਹ ਸਾਰੀਆਂ ਗੱਲਾਂ ਜੱਜ ਲਵਾਉਣ ਦੀ ਗੱਲ, 100 ਸਿੱਖ ਮਾਰਨ ਦੀ ਗੱਲ, ਫੋਰਨ ਅਕਾਊਂਟ ਹੋਣ ਦੀ ਗੱਲ, ਔਰ ਮੈਂ ਮੁੱਖ ਮੰਤਰੀ ਦਿੱਲੀ ਦਾ ਬਣਾਉਣ ਦਾ ਕਾਂਗਰਸ ਪਾਰਟੀ ਮੇਰੇ 'ਤੇ ਜ਼ੋਰ ਪਾ ਰਹੀ ਹੈ, ਇਹ ਸਾਰੀਆਂ ਗੱਲਾਂ ਨੂੰ ਕਨਫਰਮ ਕੀਤਾ। ਉਹਨਾਂ ਨੇ ਆਖਿਆ ਕਿ ਮੈਂ ਰਿਕਾਰਡਿੰਗ ਨਹੀਂ ਕੀਤੀ, ਪਲੱਸ ਮੈਨੂੰ ਜਿਸ ਨੇ ਰਵਿੰਦਰ ਚੌਹਾਨ ਜੀ ਦਾ ਨੰਬਰ ਭੇਜਿਆ ਔਰ ਇਹ ਮੈਨੂੰ ਪੈਨ ਡਰਾਈਵ ਨਵੀਂ ਭੇਜੀ ਹੈ, ਉਹਦੇ 'ਚ ਉਹਨਾਂ ਨੇ ਬੜਾ ਕਲੀਅਰਲੀ ਲਿਖਿਆ ਕਿ ਜਦੋਂ ਵਕਤ ਆਏਗਾ ਕੋਰਟ ਦੇ ਵਿੱਚ ਮੈਂ ਖੁਦ ਹਾਜ਼ਰ ਹੋਵਾਂਗਾ, ਰਿਕਾਰਡਿੰਗ ਮੈਂ ਕੀਤੀ ਹੈ, 1 ਘੰਟੇ ਦੇ ਕਰੀਬ ਦੀ ਰਿਕਾਰਡਿੰਗ ਹੈ, ਅਨਐਡਿਟਡ ਮੈਂ ਕੋਰਟ ਵਿੱਚ ਪੇਸ਼ ਵੀ ਕਰਾਂਗਾ, ਔਰ ਖਾਲੀ ਪੇਸ਼ ਨਹੀਂ ਕਰਾਂਗਾ, ਮੈਂ ਟੈਸਟੀਫਾਈ ਕਰਾ ਕੇ ਦਿਆਂਗਾ ਐਕਟ ਦੇ ਹਿਸਾਬ ਨਾਲ ਕਿ ਇਹਦੇ 'ਚ ਕੋਈ ਕੱਟ ਫੱਟ ਨਹੀਂ ਹੈਗਾ ਜੋ ਜਗਦੀਸ਼ ਟਾਈਟਲ ਨੇ ਕਿਹਾ ਸਭ ਹੈ। ਮੇਰੀ ਮੰਗ ਹੈ ਜਗਦੀਸ਼ ਟਾਈਟਲ ਇਮੀਡੀਏਟ ਅਰੈਸਟ ਹੋਵੇ, ਰਵਿੰਦਰ ਚੌਹਾਨ ਨੂੰ ਇਮੀਡੀਏਟ ਸਿਕਿਉਰਟੀ ਦਿੱਤੀ ਜਾਣੀ ਚਾਹੀਦੀ ਹੈ, ਜਿਸ ਤਰੀਕੇ ਦਾ ਇਨਫਲੂਐਂਸ਼ਲ ਆਦਮੀ ਔਰ ਜਿਸ ਤਰੀਕੇ ਦੇ ਕਤਲ ਇਹ ਵੱਡੇ ਜੁਰਮ ਕਰ ਚੁੱਕਾ ਹੈ, ਇਹ ਕਿਸੇ ਵਕਤ ਉਸ ਦੇ ਉੱਤੇ ਕੋਈ ਹਮਲਾ ਕਰਾਵੇ, ਇਹ ਉਸ ਦੇ ਉੱਤੇ ਕੋਈ ਪ੍ਰੈਸ਼ਰ ਪਾਵੇ ਜਾਂ ਕੋਈ ਖਰੀਦ ਫਰੋਖਤ ਕਰਨ ਦੀ ਕੋਸ਼ਿਸ਼ ਕੀਤੇ, ਹੁਣ ਇਹਦੀ ਅਰੈਸਟ ਲਾਜ਼ਮੀ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜਾਂਚ ਏਜੰਸੀਆਂ ਨੂੰ ਚੌਹਾਨ ਦੇ ਧਾਰਾ 164 ਦੇ ਤਹਿਤ ਬਿਆਨ ਰਿਕਾਰਡ ਕਰਕੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਨਾਲ ਹੀ ਕਾਂਗਰਸ ਪਾਰਟੀ ਨੂੰ ਤੁਰੰਤ ਟਾਈਟਲਰ ਨੂੰ ਪਾਰਟੀ ਚੋਂ ਕੱਢ ਦੇਣਾ ਚਾਹੀਦਾ ਹੈ। ਦਿੱਲੀ ਪੁਲਿਸ ਤੋਂ ਇਹ ਬਹੁਤ ਵੱਡਾ ਖੁਲਾਸਾ ਹੈ। ਇਸ ਖੁਲਾਸੇ ਦੇ ਸਾਹਮਣੇ ਆਉਣ ਤੋਂ ਬਾਅਦ ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਗੁੰਜਾਇਸ਼ ਰਹਿ ਜਾਂਦੀ ਆ ਜਗਦੀਸ਼ ਟਾਈਟਲਰ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਉਹਨੂੰ ਅੰਦਰ ਦੇਣ ਅੰਦਰ, ਕਿਉਂਕਿ ਪਹਿਲਾਂ CD ਆਉਂਦੀ ਆ, ਹੁਣ CD ਦੇ ਅੰਦਰ ਜਿਹੜੇ ਲੋਕ ਨੇ ਉਹ ਵੀ ਆ ਕੇ ਆਪਣੀ ਬਕਾਇਦਾ ਰਿਕਾਰਡਡ ਐਵੀਡੈਂਸ ਕਿ ਹਾਂ ਮੈਂ ਉਸ ਜਗ੍ਹਾ 'ਤੇ ਮੌਜੂਦ ਸੀ, ਕਿਉਂਕਿ ਆਹ ਗੱਲਾਂ ਬਾਤਾਂ ਹੋਈਆਂ, ਪੈਸੇ ਦੇ ਲੈਣ ਦੇਣ ਦੀ ਗੱਲ ਹੋਈ, ਫਿਰ ਅਕਾਊਂਟ ਦੀ ਗੱਲ ਹੋਈ, ਬੇਗੁਨਾਹ ਸਿੱਖਾਂ ਨੂੰ ਮਾਰਨ ਦੀ ਗੱਲ ਹੋਈ, ਇਹ ਸਾਰੀਆਂ ਗੱਲਾਂ ਹਾਈਕੋਰਟ ਦੇ ਜੱਜ ਲਗਾਉਣ ਦੀ ਗੱਲ ਹੋਈ। ਹੁਣ ਮੈਂ ਨਹੀਂ ਸਮਝਦਾ ਕਿ ਕਿਤੇ ਵੀ ਕਿਸੇ ਵੀ ਗੱਲ ਦੀ ਕੋਈ ਕਮੀ ਰਹਿ ਜਾਂਦੀ ਆ, ਸਰਕਾਰ ਨੂੰ ਤੁਰੰਤ ਤੋਂ ਕਾਰਵਾਈ ਕਰਨੀ ਚਾਹੀਦੀ ਆ ਔਰ ਜਗਦੀਸ਼ ਟਾਈਟਲਰ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਔਰ ਖਾਸ ਤੌਰ 'ਤੇ ED ਨੂੰ ਇਸ 'ਤੇ ਕਾਰਵਾਈ ਕਰਨੀ ਚਾਹੀਦੀ ਆ, ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਕਾਰਵਾਈ ਕਰਨੀ ਚਾਹੀਦੀ ਆ, ਕਿਉਂਕਿ ਫੋਰਨ ਅਕਾਊਂਟਸ ਦੀ, ਫੋਰਨ ਬੈਂਕਸ ਦੀ ਔਰ ਕੈਸ਼ 150 ਕਰੋੜ ਟ੍ਰਾਂਜੈਕਸ਼ਨ ਦੇ ਅੰਦਰ ਗੱਲਬਾਤ ਹੋ ਰਹੀ ਹੈ।
ਦੱਸ ਦਈਏ ਕਿ ਇਸ ਮੌਕੇ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ, ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਦੇ ਮੈਂਬਰ ਚਮਨ ਸਿੰਘ, ਹਰਜੀਤ ਸਿੰਘ ਜੀ ਕੇ, ਆਤਮਾ ਸਿੰਘ ਲੁਬਾਣਾ, ਪਰਮਜੀਤ ਸਿੰਘ ਚੰਡੋਕ, ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ ਅਤੇ ਮੀਡੀਆ ਵਿਭਾਗ ਮੁਖੀ ਪਰਮਿੰਦਰਪਾਲ ਸਿੰਘ ਮੌਜੂਦ ਸਨ। ਦਿੱਲੀ ਤੋਂ ਹਰਕੀਰਤ ਕੌਰ ਦੀ ਰਿਪੋਰਟ।